ਅੱਜ ਤੁਸੀਂ ਕੱਟ ਤੋਂ ਦੇਖ ਹੀ ਰਹੇ ਹੋ ਵੀ ਕਿੰਨਾ ਉਤਸ਼ਾਹ ਹੈ। ਇਹ ਅਸੀਂ ਉਪਰਾਲਾ ਇਸ ਲਈ ਕੀਤਾ ਕਿਉਂਕਿ ਸਾਡੀ ਜਿਹੜੀ ਯੰਗ ਜਨਰੇਸ਼ਨ ਆ ਕੁੜੀਆਂ ਨੇ, ਜਿਵੇਂ ਅਸੀਂ ਉਹਨਾਂ ਨੂੰ ਸੱਭਿਆਚਾਰ ਦੇ ਨਾਲ ਜੋੜ ਕੇ ਰੱਖਣਾ ਚਾਹੁੰਦੇ ਹਾਂ। ਬਹੁਤ ਖੁਸ਼ੀ ਹੈ ਸਾਨੂੰ ਕਿ ਅੱਜ ਸਾਡੇ ਪਿੰਡ ਦੀਆਂ ਨੇ ਇਹ ਪ੍ਰੋਗਰਾਮ 10 ਦਿਨਾਂ ਤੋਂ ਚੱਲ ਰਿਹਾ ਹੈ। ਬੇਸ਼ੱਕ ਮਾਡਰਨ ਆ ਗਿਆ ਹੈ ਨਾ, ਦੇਖੋ ਸੋਸ਼ਲ ਮੀਡੀਆ 'ਤੇ ਕਿੰਨਾ ਮਰਜ਼ੀ ਇੰਟਰਟੇਨਮੈਂਟ ਹੋ ਗਿਆ, ਪਰ ਕੁੜੀਆਂ ਜਾਂ ਜਵਾਨ ਬੁੱਢੀਆਂ ਸਾਰੀਆਂ 'ਚ ਉਨਾ ਹੀ ਸ਼ੌਂਕ ਅੱਜ ਵੀ ਉਵੇਂ ਇਕੱਠੀਆਂ ਹੋ ਕੇ ਗਿੱਧੇ ਪਾਉਣ। ਵੱਡੇ ਸਾਉਣ ਦੇ ਮਹੀਨੇ ਦੇ ਵਿੱਚ ਇੱਦਾਂ ਹੁੰਦਾ ਸੀ ਵੀ ਕੁੜੀਆਂ ਨੂੰ ਇੱਕ ਬਹਾਨਾ ਹੁੰਦਾ ਸੀ, ਉਹ ਤੀਆਂ ਦੇ ਬਹਾਨੇ ਨਾਲ ਮਿਲ ਲੈਂਦੀਆਂ ਸੀਗੀਆਂ। ਕੀ ਕੁਛ ਸਿੱਖਣ ਨੂੰ ਨਵਾਂ ਕੀ ਦੇਖਣ ਨੂੰ ਮਿਲਿਆ? ਜਿਵੇਂ ਕਿ ਬੀਬੀਆਂ ਗਿੱਧਾ ਪਾਉਂਦੀਆਂ ਨੇ ਤੇ ਚਰਖੇ ਨਾਲ ਫੋਟੋਆਂ ਖਿੱਚਦੀਆਂ ਨੇ। ਕੰਚ ਦੇ ਗਲਾਸ ਵਿੱਚ ਸੋਨੇ ਦੀਆਂ ਵਾਲੀਆਂ, ਕੰਚ ਦੇ ਗਲਾਸ ਵਿੱਚ ਸੋਨੇ ਦੀਆਂ ਵਾਲੀਆਂ, ਜਿਉਂਦੇ ਰਹਿਣ ਮਾਪੇ ਧੀਆਂ ਪੁੱਤਾਂ ਵਾਂਗੂ ਪਾਲੀਆਂ, ਜਿਉਂਦੇ ਰਹਿਣ ਮਾਪੇ ਧੀਆਂ ਪੁੱਤਾਂ ਵਾਂਗੂ ਪਾਲੀਆਂ। ਸਾਉਣ ਵੀਰ ਇਕੱਠੀਆਂ ਕਰੇ ਭਾਦੋ ਚੰਦਰੀ ਵਿਛੋੜਾ ਪਾਵੇ, ਤਾਂ ਤੀਆਂ ਦਾ ਤਿਉਹਾਰ ਚੱਲ ਰਿਹਾ ਬਿਲਕੁਲ ਆਖਰੀ ਦਿਨਾਂ ਦੇ ਵਿੱਚ, ਤੀਆਂ ਦੇ ਤਿਉਹਾਰ ਮਨਾਏ ਜਾ ਰਹੇ ਪਿੰਡਾਂ ਦੇ ਵਿੱਚ। ਤੇ ਅੱਜ ਮੱਜੂਕੇ ਪਿੰਡ ਦੇ ਵਿੱਚ ਪਹੁੰਚੇ ਹੋਏ ਹਾਂ, ਜ਼ਿਲ੍ਹੇ ਬਰਨਾਲੇ ਦਾ ਇਹ ਪਿੰਡ ਆ ਜਿੱਥੇ ਪੂਰੇ ਪਿੰਡ ਦਾ ਇਕੱਠ ਹੋਇਆ, ਪੂਰੇ ਪਿੰਡ ਦੀਆਂ ਬੀਬੀਆਂ ਇੱਕ ਜਗ੍ਹਾ ਤੇ ਇਕੱਠੀਆਂ ਹੋਈਆਂ, ਜਿਵੇਂ ਕਿ ਪੁਰਾਣੇ ਸਮਿਆਂ ਦੇ ਵਿੱਚ ਤੀਆਂ ਦਾ ਤਿਉਹਾਰ ਮਨਾਇਆ ਜਾਂਦਾ ਸੀ, ਉਸੇ ਤਰ੍ਹਾਂ ਤੀਆਂ ਦਾ ਤਿਉਹਾਰ ਮਨਾਇਆ ਜਾ ਰਿਹਾ। ਬੀਬੀਆਂ ਇਕੱਠੀਆਂ ਹੋਈਆਂ ਨੇ ਕਿਉਂਕਿ ਤੀਆਂ ਦੇ ਇਤਿਹਾਸ ਦੀ ਗੱਲ ਕਰੀਏ ਤਾਂ ਪੁਰਾਣੇ ਸਮਿਆਂ ਦੇ ਵਿੱਚ ਸਕੂਲਾਂ ਦੇ ਵਿੱਚ ਜਾਂ ਜਿੱਥੇ ਬੋਰਡ ਵਗੈਰਾ ਹੁੰਦੇ ਸੀ ਉੱਥੇ ਕੁੜੀਆਂ ਪੀਂਘਾਂ ਪਾਉਂਦੀਆਂ ਸੀ, ਗਿੱਧਾ ਪਾਉਂਦੀਆਂ ਸੀ, ਕਿਉਂਕਿ ਇਸ ਦਿਨ ਹੀ ਕੁੜੀਆਂ ਨੇ ਇਕੱਠੀਆਂ ਹੋਣਾ ਹੁੰਦਾ, ਜਿਹੜੀਆਂ ਕੁੜੀਆਂ ਵਿਆਹੀਆਂ ਹੁੰਦੀਆਂ ਸੀ ਉਹ ਵੀ ਸਪੈਸ਼ਲ ਤੌਰ 'ਤੇ ਪਿੰਡ ਪਹੁੰਚਦੀਆਂ ਸੀ। ਪਰ ਅੱਜ ਦੇ ਸਮੇਂ ਦੇ ਵਿੱਚ ਭਾਵੇਂ ਕਿ ਤੀਆਂ ਮਾਡਰਨ ਹੋਈਆਂ ਪਰ ਪਿੰਡਾਂ ਦੇ ਵਿੱਚ ਹਾਲੇ ਵੀ ਪਹਿਲਾਂ ਵਾਂਗੂ ਰੌਣਕਾਂ ਲੱਗਦੀਆਂ ਨੇ। ਅੱਜ ਮੱਝੂਕੇ ਪਿੰਡ ਦੇ ਵਿੱਚ ਰੌਣਕਾਂ ਲੱਗੀਆਂ ਹੋਈਆਂ ਨੇ, ਤੀਆਂ ਦਾ ਤਿਉਹਾਰ ਇੱਥੇ ਪਹੁੰਚੀਆਂ ਹੋਈਆਂ ਸੀ, ਗੱਲਬਾਤ ਕਰਾਂਗੇ। ਤੀਆਂ ਦਾ ਤਿਉਹਾਰ ਮਨਾਇਆ ਜਾ ਰਿਹਾ ਜੀ, ਕਿੰਨਾ ਕੁ ਉਤਸ਼ਾਹ ਹੁੰਦਾ ਤੀਆਂ ਨੂੰ ਲੈ ਕੇ ਬੀਬੀਆਂ 'ਚ? ਬਹੁਤ ਉਤਸ਼ਾਹ ਆ, ਦੇਖਿਆ ਜਾਂਦਾ ਸਾਨੂੰ 15 ਦਿਨ ਹੋ ਗਏ ਤਿਆਰੀਆਂ ਕਰਦੇ ਨੂੰ, ਸਾਨੂੰ ਕਿਸੇ ਵੀ ਬੀਬੀ ਭੈਣ ਨੇ ਆਏ ਘਰੋਂ ਗਿਆ ਨੂੰ ਕੋਈ ਪੈਸਿਆਂ ਤੇ ਲੰਮਾ ਇੰਨੀ ਹੈਲਪ ਕੀਤੀ ਆ ਸਾਡੀ ਬਹੁਤ ਜ਼ਿਆਦਾ। ਅੱਜ ਤੁਸੀਂ ਇਕੱਠ ਤੋਂ ਦੇਖ ਹੀ ਰਹੇ ਹੋ ਵੀ ਕਿੰਨਾ ਉਤਸ਼ਾਹ ਹੈ। ਇਹ ਅਸੀਂ ਉਪਰਾਲਾ ਇਸ ਲਈ ਕੀਤਾ ਕਿਉਂਕਿ ਸਾਡੀ ਜਿਹੜੀ ਯੰਗ ਜਨਰੇਸ਼ਨ ਆ ਕੁੜੀਆਂ ਨੇ, ਜਿਵੇਂ ਅਸੀਂ ਉਹਨਾਂ ਨੂੰ ਸੱਭਿਆਚਾਰ ਦੇ ਨਾਲ ਜੋੜ ਕੇ ਰੱਖਣਾ ਚਾਹੁੰਦੇ ਹਾਂ ਜੀ। ਤਾਂ ਕੀ ਕੀਤਾ ਜਾਂਦਾ ਤੀਆਂ ਦੇ ਵਿੱਚ, ਜਿਵੇਂ ਗਿੱਧਾ ਵਗੈਰਾ ਤੁਸੀਂ ਪਾਉਂਦੇ ਹੋ, ਹੋਰ ਕੀ ਇਹਦੀ ਐਕਟੀਵਿਟੀ ਹੁੰਦੀ ਹੈ? ਹਾਂਜੀ, ਜਦੋਂ ਨਾ ਵੱਲੋਂ ਪਾਈ ਜਾਂਦੀ ਹੈ ਲਾਸਟ ਦਿਨ ਹੈ ਨਾ, ਇੱਕ ਕੁੜੀ ਦਾ ਤੇ ਮੁੰਡੇ ਦਾ ਵਿਆਹ ਕੀਤਾ ਜਾਂਦਾ, ਜਾਨੀ ਕਿ ਤੀਆਂ ਦਾ ਵਿਆਹ ਕੀਤਾ ਜਾਂਦਾ ਉਸ ਦਿਨ, ਸਮਾਪਤੀ ਹੋ ਜਾਂਦੀ ਹੈ। ਵਿਆਹ ਅੱਜ ਕਰਨਾ? ਹਾਂਜੀ, ਉਹ ਵਿਆਹ ਸੀ ਅੱਜ ਕਰਨਾ। ਅੱਛਾ, ਉਹਦਾ ਕੀ ਸਿਸਟਮ ਹੁੰਦਾ? ਬਸ ਜੋ ਪੁਰਾਣੇ ਸਮੇਂ ਤੋਂ ਚੱਲਦਾ ਆ ਰਿਹਾ ਹੈਗਾ ਵੀ ਉਹ ਇੱਕ ਬਸ ਹਾਸਾ ਡਿੱਠਾ ਜਾਗਾ ਸਾਰੀਆਂ ਲੇਡੀਜ਼ ਦਾ। ਅੱਛਾ, ਹਾਂਜੀ। ਪੁਰਾਣੇ ਸਮੇਂ ਦੇ ਵਿੱਚ ਵੀਰੇ ਜਦੋਂ ਹਨਾ ਲੋਕਾਂ ਕੋਲ ਐਂਟਰਟੇਨਮੈਂਟ ਦੇ ਸਾਧਨ ਹੈ ਨਹੀਂ ਸੀਗੇ ਹਨਾ, ਵੀ ਉਦੋਂ ਆਏ ਲੇਡੀਜ਼ ਇਕੱਠੀਆਂ ਹੋ ਲੈਂਦੀਆਂ ਸੀ ਘਰਾਂ ਤੋਂ ਬਾਹਰ, ਤੇ ਘਰਾਂ ਤੋਂ ਬਾਹਰ ਆ ਕੇ ਉਹ ਗਿੱਧਾ ਪਾ ਲੈਂਦੀਆਂ ਸੀ, ਸੌਣ 'ਚ ਕੁੜੀਆਂ ਪੇਕ ਕੇ ਆ ਜਾਂਦੀਆਂ ਸੀ, ਆਪਣੇ ਮਾਂ ਪਿਓ ਨਾਲ ਟਾਈਮ ਸਪੈਂਡ ਕਰਕੇ ਜਾਂਦੀਆਂ ਸੀ ਹਨਾ, ਵੀ ਉਹ ਚੀਜ਼ ਨੂੰ ਲੈ ਕੇ ਅੱਜ ਵੀ ਧੀਆਂ ਦੇ ਅੰਦਰ ਉਹੀ ਚੀਜ਼ ਆ ਵੀ ਅਸੀਂ ਆਪਣੇ ਪੇਕੇ ਜਾਈਏ ਤੇ ਉਵੇਂ ਹੀ ਮਤਲਬ ਅਸੀਂ ਗਿੱਧੇ ਪਾਈਏ ਇਕੱਠੀਆਂ ਹੋਈਏ। ਵੇਖੋ ਬੇਸ਼ੱਕ ਮਾਡਰਨ ਆ ਗਿਆ ਹਨਾ, ਦੇਖੋ ਸੋਸ਼ਲ ਮੀਡੀਆ 'ਤੇ ਕਿੰਨਾ ਮਰਜ਼ੀ ਇੰਟਰਟੇਨਮੈਂਟ ਹੋ ਰਿਹਾ, ਪਰ ਕੁੜੀਆਂ ਜਾਂ ਜਵਾਨ ਬੁੱਢੀਆਂ ਸਾਰੀਆਂ 'ਚ ਉਨਾ ਹੀ ਸ਼ੌਂਕ ਅੱਜ ਵੀ ਉਵੇਂ ਇਕੱਠੀਆਂ ਹੋ ਕੇ ਗਿੱਧੇ ਪਾਉਣ। ਬੇਸ਼ੱਕ ਆਪਾਂ ਲੱਗ ਰਿਹਾ ਵੀ ਆਪਣਾ ਪੁਰਾਣਾ ਸੱਭਿਆਚਾਰ ਵਿਸਰ ਰਿਹਾ ਜਾਂ ਕੁਛ ਵੀ ਹੋ ਰਿਹਾ, ਪਰ ਜੇ ਅੱਜ ਵੀ ਮਤਲਬ ਮੌਕਾ ਜਦੋਂ ਮਿਲਦਾ ਹੈਗਾ ਹਨਾ
ਤਾਂ ਅੱਜ ਵੀ ਮਤਲਬ ਓਨੇ ਉਤਸ਼ਾਹ ਨਾਲ ਹੀ ਆਪਣੇ ਸੱਭਿਆਚਾਰ ਨੂੰ ਕਾਇਮ ਰੱਖਣ ਲਈ ਗਿੱਧੇ ਪਾਉਂਦੀਆਂ, ਬੋਲੀਆਂ ਪਾਉਂਦੀਆਂ, ਆਪਣੇ ਪੇਕਿਆਂ ਵਿੱਚ ਆ ਕੇ ਟਾਈਮ ਸਪੈਂਡ ਕਰਨਾ ਚਾਹੁੰਦੀਆਂ ਨੇ, ਤੇ ਮਤਲਬ ਇਹੀ ਤੀਆਂ ਦਾ ਤਿਉਹਾਰ ਤਾਂਹੀਓ ਇੰਨਾ ਵਧੀਆ ਲੱਗਦਾ ਹੈਗਾ। ਤਾਂ ਪੁਰਾਣੇ ਸਮੇਂ 'ਚ ਜਦੋਂ ਵਿਆਹੀਆਂ ਜਾਂਦੀਆਂ ਸੀ ਕੁੜੀਆਂ ਤਾਂ ਉਹ ਵੀ ਇੱਕ ਜਰੀਆ ਹੁੰਦਾ ਸੀ ਕਿ ਤੀਆਂ ਤੇ ਸਾਰੀਆਂ ਨੇ ਇਕੱਠੀਆਂ ਹੋਣਾ, ਕਿਉਂਕਿ ਉਦੋਂ ਮੋਬਾਈਲ ਵਗੈਰਾ ਤਾਂ ਹੈ ਨਹੀਂ ਸੀ, ਨਾ ਕਿਸੇ ਨਾਲ ਗੱਲ ਹੁੰਦੀ ਸੀ, ਸਾਲ ਬਾਅਦ ਇਕੱਠੀਆਂ ਹੁੰਦੀਆਂ ਸੀ ਫਿਰ ਕੁੜੀਆਂ। ਹਾਂ, ਵਿੱਚ ਦੀ ਵੈਸੇ ਆ ਜਾਂਦੇ ਸੀ, ਪਰ ਜ਼ਰੂਰੀ ਨਹੀਂ ਵੀ ਸਾਰੀਆਂ ਕੁੜੀਆਂ ਇੱਕ ਦਿਨ ਹੀ ਪੇਕੇ ਆ ਗਈਆਂ, ਹਨਾ, ਕਿਉਂਕਿ ਆਪਣੇ ਪੇਕਿਆਂ ਦੇ ਵਿੱਚ ਉਹ ਵੱਡੀਆਂ ਹੋਈਆਂ ਹੁੰਦੀਆਂ, ਉਹ ਇਕੱਠੀਆਂ ਪੇਕੇ ਨਹੀਂ ਇਕੱਠੀਆਂ ਹੋ ਸਕਦੀਆਂ, ਇੱਕ ਦਿਨ ਸਾਰੀਆਂ ਕੜੀਆਂ ਇਕੱਠੀਆਂ ਸਾਲ 'ਚ ਆ ਨਹੀਂ ਸਕਦੀਆਂ। ਬਟ ਇਹ ਸਾਉਣ ਦੇ ਮਹੀਨੇ ਦੇ ਵਿੱਚ ਇੱਦਾਂ ਹੁੰਦਾ ਸੀ ਵੀ ਕੁੜੀਆਂ ਨੂੰ ਇੱਕ ਬਹਾਨਾ ਹੁੰਦਾ ਸੀ, ਸਾਰੀਆਂ ਕੁੜੀਆਂ ਜਿਵੇਂ ਜਿਹੜੀਆਂ ਇਕੱਠੀਆਂ ਪਲੀਆਂ ਹੋਈਆਂ ਵੱਡੀਆਂ ਹੋਈਆਂ ਆਪਣੇ ਪੇਕਿਆਂ ਦੇ ਵਿੱਚ, ਉਹ ਤੀਆਂ ਦੇ ਬਹਾਨੇ ਨਾਲ ਮਿਲ ਲੈਂਦੀਆਂ ਸੀਗੀਆਂ, ਹਨਾ, ਵੀ ਉਹ ਇਕੱਠੀਆਂ ਹੋ ਜਾਂਦੀਆਂ ਸੀਗੀਆਂ। ਹੁਣ ਜਿਵੇਂ ਅੱਜ ਕੱਲ੍ਹ ਘੱਟ ਆ ਰਹੀਆਂ ਕੁੜੀਆਂ, ਜ਼ਿਆਦਾਤਰ ਬੰਗੋ ਹੀ ਗਿੱਧਾ ਪਾ ਰਹੀਆਂ ਜਾਂ ਸਹੁਰਿਆਂ ਦੇ ਵਿੱਚ, ਹਨਾ, ਪਰ ਅਸੀਂ ਮਿਸ ਕਰ ਰਹੀਆਂ ਵੀ ਕਾਸ਼ ਅਸੀਂ ਪੇਕੇ ਜਾਂਦੀਆਂ, ਹਨਾ, ਵੀ ਉੱਥੇ ਤੀਆਂ ਲੱਗਣ, ਉੱਥੇ ਅਸੀਂ ਸਾਰੀਆਂ ਆਪਣੀਆਂ ਸਹੇਲੀਆਂ ਨੂੰ ਮਿਲੀਏ ਜਿਹੜੀਆਂ ਸਾਡੇ ਨਾਲ ਵੱਡੀਆਂ ਹੋਈਆਂ। ਮਤਲਬ ਉਹ ਚੀਜ਼ ਅੰਦਰ ਅੱਜ ਵੀ ਹੈਗੀ ਆ ਕੁੜੀਆਂ ਦੇ, ਵੀ ਅਸੀਂ ਪੇਕੇ ਜਾ ਕੇ ਉਵੇਂ ਮਿਲੀ। ਜਾ ਨਹੀਂ ਸਕਦੇ ਨਾ, ਸਾਡੇ ਬੱਚੇ ਆ ਜਿਹੜੇ ਉਹ ਚੰਗੇ ਕਾਨਵੈਂਟ ਸਕੂਲਾਂ ਚ ਪੜ੍ਹਦੇ ਆ, ਉਹਨਾਂ ਨੂੰ ਇੱਕ ਦਿਨ ਦੀ ਵੀ ਛੁੱਟੀ ਨਹੀਂ ਹੈਗੀ, ਅਸੀਂ ਉਹਨਾਂ ਲਈ ਬਿਜ਼ੀ ਆਗੇ, ਇਸ ਲਈ ਅਸੀਂ ਪੇਕੇ ਨਹੀਂ ਜਾ ਸਕਦੇ, ਅਸੀਂ ਆਪਦਾ ਪੇਕਾ ਸਹੁਰਾ ਇੱਥੇ ਬਣਾ ਲਿਆ ਸਾਰਾ ਕੁਛ। ਕਿੰਨਾ ਉਤਸ਼ਾਹ ਕਿੰਨਾ ਹੁੰਦਾ, ਕਿਉਂਕਿ ਗਿੱਧੇ ਦਾ ਵੈਸੇ ਹੀ ਸ਼ੌਂਕ ਹੁੰਦਾ ਹਨਾ ਕੁੜੀਆਂ ਨੂੰ, ਤੇ ਕਿੰਨੇ ਕਿੰਨਾ ਕੁ ਸਮਾਂ ਤੁਸੀਂ ਉਡੀਕਦੇ ਰਹਿੰਦੇ ਹੋ ਕਿ ਤੀਆਂ ਆਉਣਗੀਆਂ, ਇਕੱਠੀਆਂ ਹੋਵਾਂਗੇ, ਗਿੱਧਾ ਪਾਵਾਂਗੇ? ਅਸੀਂ ਤਾਂ ਹੁਣ ਜਿਵੇਂ ਅੱਜ ਹਨਾ ਉਹ ਕਰ ਰਹੇ ਹਾਂ ਸਮਾਪਤੀ ਸੰਤ, ਇਹ ਆ ਵੀ ਅਗਲਾ ਸਾਉਣ ਕਦੋਂ ਆਵੇ, ਅਸੀਂ ਸਾਰੀਆਂ ਲੇਡੀਜ਼ ਇਕੱਠੀਆਂ ਹੋਈਏ, ਕਿਉਂਕਿ ਇੱਕ ਦੂਜੇ ਘਰੇ ਜਾਣ ਦਾ ਸਾਰੇ ਰੁਝੇਵਿਆਂ ਦੇ ਵਿੱਚ ਨਹੀਂ ਜਾਇਆ ਜਾਂਦਾ। ਹੁਣ 15 ਦਿਨ ਹੋ ਗਏ ਅਸੀਂ ਇੱਥੇ ਬੈਠ ਕੇ ਗੱਲਾਂ ਵੀ ਮਾਰਦੇ ਹਾਂ, ਤੀਆਂ ਵੀ ਪਾਉਂਦੇ ਹਾਂ, ਸਭ ਚਿੰਤਾ ਸਭ ਕਾਸਿਆਂ ਤੋਂ ਮੁਕਤਾਂ। ਅਸੀਂ ਕਿੰਨੇ ਦਿਨ ਲੱਗਦੀਆਂ ਅੱਜ ਲਾਸਟ ਦਿਨ? ਹਾਂਜੀ 15 ਦਿਨ, ਪਹਿਲਾਂ 15 ਦਿਨ ਤੁਸੀਂ ਇੱਥੇ ਆਉਂਦੇ ਰਹੇ? 15 ਦਿਨ ਅਸੀਂ ਇੱਥੇ ਆਉਂਦੇ, ਪੂਰਾ ਇੰਜੋਏ ਕੀਤਾ, ਪੂਰਾ ਇੰਜੋਏ, ਫੁੱਲ ਇੰਜੋਏ। ਕੀ ਵੀ ਹੁੰਦਾ ਕਿ ਜਿਹੜੇ ਸਾਡੇ ਵੀਰ ਹੁੰਦੇ ਆ ਉਹ ਤਾਂ ਸੱਥਾ ਵਗੈਰਾ ਦੇ ਵਿੱਚ ਜਾਂ ਇਕੱਠੇ ਹੋ ਜਾਂਦੇ ਖੇਤਾਂ ਦੇ ਵਿੱਚ, ਪਰ ਬੀਬੀਆਂ ਘਰਾਂ ਦੇ ਵਿੱਚ ਰਹਿੰਦੀਆਂ ਨੇ, ਉਹਨਾਂ ਨੂੰ ਇੱਕ ਇੰਜੋਏ ਲਈ ਕਿ ਲੋਕ। ਮੈਂ ਇਹ ਚੀਜ਼ ਹੁਣ ਉਹ ਕੀਤੀ ਆ, ਮੈਂ ਸਾਡੀ ਨਗਰ ਪੰਚਾਇਤ ਨੂੰ ਇਹ ਵੀ ਕਹਿ ਰਹੀ ਆ ਵੀ ਜਿਹੜੇ ਸਾਡੇ ਵੀਰ ਨੇ ਉਹ ਸੱਥਾਂ 'ਚ ਬਹਿ ਜਾਂਦੇ ਆ, ਗੱਲਾਂ ਬਾਤਾਂ ਕਰ ਲੈਂਦੇ ਆ, ਸਾਡੇ ਲਈ ਵੀ ਮੱਝੂ ਕੇ ਪਿੰਡ ਦੇ ਵਿੱਚ ਕੋਈ ਪਾਰਕ ਬਣਾਈ ਜਾਵੇ, ਅਸੀਂ ਵੀ ਸਾਉਣ ਦੀਆਂ ਤੀਆਂ ਵੀ ਉੱਥੇ ਲਾਇਆ ਕਰੀਏ, ਸਾਡਾ ਜਦੋਂ ਦਿਲ ਕਰੇ ਕਿਤੇ 15-20 ਦਿਨ ਮਹੀਨੇ ਬਾਅਦ ਅਸੀਂ ਉੱਥੇ ਸਾਰੀਆਂ ਲੇਡੀਜ਼ ਇਕੱਠੀਆਂ ਹੋ ਕੇ ਪੂਰਾ ਇੰਜੋਏ ਹੁੰਦਾ ਫਿਰ। ਹਾਂਜੀ ਹਾਂ, ਕੋਈ ਸਾਨੂੰ ਕੁਝ ਨਵਾਂ ਸਿੱਖਣ ਨੂੰ ਮਿਲਦਾ, ਕਿਉਂਕਿ ਉਹ ਕੁੜੀਆਂ ਦੇ ਨਾਲ ਉਹ ਬੀਬੀਆਂ ਦੇ ਨਾਲ ਵੀ ਤੁਸੀਂ ਮਿਲਣਾ ਹੁੰਦਾ ਜਿਨ੍ਹਾਂ ਨੂੰ ਪਿੰਡ ਦੇ ਵਿੱਚ ਸ਼ਾਇਦ ਤੁਸੀਂ ਪਹਿਲਾਂ ਨਹੀਂ ਕਦੇ ਮਿਲੇ ਹੋਗੇ, ਪਰ ਇੱਥੇ ਇੱਕ ਪਲੇਟਫਾਰਮ ਤੇ ਆ ਕੇ ਤੁਸੀਂ ਸਾਰਿਆਂ ਨੂੰ ਇਕੱਠੇ ਮਿਲ ਲੈਂਦੇ ਹੋ। ਹੋਰ ਕੁਛ ਕੀ ਕੁਛ ਸਿੱਖਣ ਨੂੰ ਮਿਲਦਾ, ਕਿਉਂਕਿ ਇੱਥੇ ਛੋਟੀਆਂ ਕੁੜੀਆਂ ਵੀ ਆਉਂਦੀਆਂ, ਇੱਥੇ ਬੀਬੀਆਂ ਵੀ ਆਉਂਦੀਆਂ, ਬਜ਼ੁਰਗ ਬੀਬੀਆਂ ਵੀ ਆਉਂਦੀਆਂ, ਤਾਂ ਸਾਰੀਆਂ ਹਰ ਇੱਕ ਵਰਗ ਦੀਆਂ ਜਿਹੜੀਆਂ ਬੀਬੀਆਂ ਨੇ ਉੱਥੇ ਮਿਲ ਜਾਂਦੀਆਂ ਨੇ, ਕੀ ਕੁਛ ਸਿੱਖਣ ਨੂੰ ਮਿਲਦਾ ਨਾਲ? ਜਿਵੇਂ ਜਿਹੜੇ ਬਜ਼ੁਰਗ ਨੇਗੀਆਂ ਬੀਬੀਆਂ ਇੱਥੇ ਆਈਆਂ ਨੇ, ਹਨਾ, ਉਹ ਪੁਰਾਣੀਆਂ ਬੋਲੀਆਂ ਪਾਉਂਦੀਆਂ ਸੀ, ਉਹ ਸਾਨੂੰ ਬਹੁਤ ਚੰਗਾ ਲੱਗਦਾ ਸੀ ਜਦੋਂ ਅਸੀਂ ਉਹਨਾਂ ਦੀ ਬੋਲੀਆਂ ਸੁਣਦੇ ਸੀ। ਵੱਡੀਆਂ ਵੱਡੀਆਂ ਲੰਬੀਆਂ ਲੰਬੀਆਂ ਬੋਲੀਆਂ ਪਾਉਂਦੀਆਂ ਨੇਗੀਆਂ ਜਿਹੜੀਆਂ ਜਿਵੇਂ ਸਾਡੀਆਂ ਮਾਤਾ ਨੇਗੀਆਂ, ਉਹ ਬਸ ਅਸੀਂ ਉਹ ਚੀਜ਼ਾਂ ਸਿੱਖੀਆਂ ਨੇ ਵੀ ਉਹਨਾਂ ਦੀ ਕਿੰਨੀ ਸੋਹਣੀ ਆਵਾਜ਼ ਆ, ਹਨਾ, ਅਸੀਂ ਉਹਨਾਂ ਚੀਜ਼ਾਂ ਨਾਲੋਂ ਟੁੱਟਦੇ ਜਾ ਰਹੇ ਹਾਂਗੇ। ਤੇ ਅਸੀਂ ਸਾਰੀਆਂ ਭੈਣਾਂ ਨੂੰ ਕਹਿੰਦੇ ਹਾਂ ਵੀ ਕੋਈ ਵੀ ਮਤਲਬ ਛੱਡੋ ਨਾ, ਇਹ ਸਿੱਖਿਆ ਕਰੋ ਘਰੇ ਬੈਠ ਕੇ, ਸਾਉਣ ਆਪਾਂ ਸਾਲ ਬਾਅਦ ਸਾਰੇ ਇਕੱਠੇ ਹੋ ਕੇ ਇੰਜੋਏ ਕਰੀਏ ਪੂਰਾ। ਤਾਂ ਇਹ ਤੀਆਂ ਮਨਾਈਆਂ ਜਾ ਰਹੀਆਂ ਨੇ, ਤੁਸੀਂ ਦੇਖ ਸਕਦੇ ਹੋ ਕਿ ਜਿੱਥੇ ਵੀ ਬੀਬੀਆਂ ਨੂੰ ਜਗ੍ਹਾ ਮਿਲਦੀ ਆ, ਅਲੱਗ ਅਲੱਗ ਜਗ੍ਹਾ ਤੇ ਬੀਬੀਆਂ ਇਕੱਠੀਆਂ ਹੋ ਕੇ ਗਿੱਧਾ ਵਗੈਰਾ ਪਾਉਂਦੀਆਂ ਨੇ, ਇੰਜੋਏ ਕਰਦੀਆਂ ਨੇ, ਕਿਉਂਕਿ ਤੀਆਂ ਦਾ ਬੜੇ ਲੰਬੇ ਸਮੇਂ ਤੋਂ ਇੰਤਜ਼ਾਰ ਹੁੰਦਾ ਬੀਬੀਆਂ ਨੂੰ, ਕਿਉਂਕਿ ਇਸ ਦਿਨ ਸਾਰਿਆਂ ਨੇ ਇਕੱਠੇ ਹੋਣਾ ਹੁੰਦਾ। ਤਾਂ ਤੁਸੀਂ ਦੇਖ ਸਕਦੇ ਹੋ ਕਿ ਇੱਧਰ ਵੀ ਕੁਛ ਗਿੱਧਾ ਪਾ ਰਹੀਆਂ ਨੇ ਬੀਬੀਆਂ, ਤਾਂ ਦੂਜੇ ਪਾਸੇ ਵੀ ਪਾ ਰਹੀਆਂ ਨੇ, ਤਾਂ ਕਾਫੀ ਮਾਤਰਾ ਦੇ ਵਿੱਚ ਇੱਥੇ ਬੀਬੀਆਂ ਨੇ, ਕਾਫੀ ਵੱਡੀ ਗਿਣਤੀ ਦੇ ਵਿੱਚ ਬੀਬੀਆਂ ਇਸ ਜਗ੍ਹਾ ਤੇ ਇਕੱਠੀਆਂ ਹੋਈਆਂ ਨੇ, ਕਿਉਂਕਿ ਤੀਆਂ ਦਾ ਤਿਉਹਾਰ ਆ ਜਿਹੜਾ ਉਹ ਕਾਫੀ ਲੰਬੇ ਸਮੇਂ ਤੋਂ ਆਉਣਾ ਹੁੰਦਾ, ਤਾਂ ਗੱਲਬਾਤ ਹੋਰ ਵੀ ਬੀਬੀਆਂ ਦੇ ਨਾਲ ਕਰਦੇ ਆ, ਤਾਂ ਕਿਵੇਂ ਲੱਗਦਾ ਜੀ ਇੱਥੇ ਆ ਕੇ? ਮੈਨੂੰ ਬਹੁਤ ਵਧੀਆ ਲੱਗ ਰਿਹਾ ਹੈ। ਮੀਂਹ ਵੀ ਆਇਆ ਜੀ, ਤੀਆਂ ਦਾ ਕਿੰਨਾ ਕੁ ਉਤਸ਼ਾਹ ਮੀਂਹ ਦੇ ਵਿੱਚ ਵੀ? ਬਹੁਤ ਖੁਸ਼ੀ ਹੈ ਸਾਨੂੰ ਕਿ ਅੱਜ ਸਾਡੇ ਪਿੰਡ ਤੀਆਂ ਦੇ, ਇਹ ਪ੍ਰੋਗਰਾਮ 10 ਦਿਨਾਂ ਤੋਂ ਚੱਲ ਰਿਹਾ ਹੈ ਤੇ ਅੱਜ ਸਾਡਾ ਫਾਈਨਲ ਡੇ ਆ।
ਤੇ ਇੱਥੇ ਅੱਜ ਪਿੰਡ ਦੀਆਂ ਕੁੜੀਆਂ ਪੇਕੇ ਆਈਆਂ ਨੇ ਆਪਣੇ ਰੱਖੜੀ ਬੰਨਣ ਆਈਆਂ। ਸਾਨੂੰ ਬਹੁਤ ਆਨੰਦ ਆ ਰਿਹਾ ਤੇ ਦੇਖੋ ਬਾਰਿਸ਼ ਦਾ ਮੌਸਮ ਹੈ, ਬਹੁਤ ਚੰਗਾ ਲੱਗ ਰਿਹਾ। ਤੀਆਂ ਤੀਸ ਦੀਆਂ ਬਰੇ ਦਿਨਾਂ ਨੂੰ ਫਿਰ ਫੁਲਕਾਰੀਆਂ ਪਰਾਂਦੀਆਂ ਪੀਂਗਾਂ ਸਭ ਨੇ ਪਾਈਆਂ ਹੋਈਆਂ, ਬਹੁਤ ਆਨੰਦ ਆ ਰਿਹਾ। ਜਦੋਂ ਤੁਸੀਂ ਪਹੁੰਚਦੇ ਹੋ ਇੱਥੇ, ਕਿਉਂਕਿ ਬੀਬੀਆਂ ਬਜ਼ੁਰਗ ਵੀ ਮਿਲਦੀਆਂ ਨੇ, ਛੋਟੀਆਂ ਬੱਚੀਆਂ ਵੀ ਮਿਲਦੀਆਂ ਨੇ, ਕੀ ਕੁਛ ਨਵਾਂ ਸਿੱਖਣ ਨੂੰ ਮਿਲਦਾ ਕੀ ਆ? ਦੇਖੋ ਸਾਨੂੰ ਜੇ ਪੁਰਾਣੇ ਬਜ਼ੁਰਗ ਆ ਉਹਨਾਂ ਤੋਂ ਪੁਰਾਣੀਆਂ ਬੋਲੀਆਂ ਸਿੱਖਣ ਨੂੰ ਮਿਲ ਰਹੀਆਂ ਨੇ। ਇਹਦੇ ਨਾਲ ਸਾਨੂੰ ਪੁਰਾਣਾ ਆਪਣਾ ਇਤਿਹਾਸ ਹੈ ਜੋ ਸੱਭਿਆਚਾਰਕ ਉਹ ਪਤਾ ਲੱਗ ਰਿਹਾ। ਇਹ ਦੇਖੋ ਮੇਰੇ ਭੂਆ ਜੀ ਨੇ, ਅਸੀਂ ਸਪੈਸ਼ਲੀ ਇੱਥੇ ਬਰਨਾਲੇ ਤੋਂ ਆਏ ਹਾਂ ਤੇ ਸਾਨੂੰ ਬਹੁਤ ਵਧੀਆ ਲੱਗਿਆ ਇੱਥੇ ਆ ਕੇ। ਬਰਨਾਲੇ ਤੋਂ ਪਿੰਡ ਦੀਆਂ ਤੀਆਂ ਦੇਖਣ ਆਏ? ਹਾਂਜੀ, ਅਸੀਂ ਸਪੈਸ਼ਲੀ ਇੱਥੇ ਪਿੰਡ ਦੀਆਂ ਤੀਆਂ ਦੇਖਣ ਆਏ। ਇਹਨਾਂ ਵੇਖ ਕੇ ਬੁੜ ਵੇਖ ਕੇ, ਕਿਉਂਕਿ ਪਹਿਲਾਂ ਬੁੜਾਂ ਤੇ ਪੀਂਘਾਂ ਪੈਂਦੀਆਂ ਹੁੰਦੀਆਂ ਸੀਗੀਆਂ, ਅੱਜ ਕੱਲ੍ਹ ਮਾਡਰਨ ਹੋ ਗਈਆਂ ਤੀਆਂ, ਤਾਂ ਬਿਲਕੁਲ ਇੱਥੋਂ ਪੁਰਾਣਾ ਆਪਾਂ ਨੂੰ ਸੱਭਿਆਚਾਰ ਦਿਸ ਰਿਹਾ, ਤਾਂ ਇੱਥੇ ਇਹਦੀ ਚੀਜ਼ ਦੇਖ ਕੇ ਕਿਵੇਂ ਲੱਗਦਾ ਤੁਹਾਨੂੰ? ਇਹ ਦੇਖੋ ਪੁਰਾਣੇ ਬੋਰਡ, ਪਹਿਲਾਂ ਬੱਚਿਆਂ ਨੂੰ ਅੱਜ ਕੱਲ੍ਹ ਦੇ ਨਹੀਂ ਪਤਾ ਪੁਰਾਣੇ ਦਰਖਤ, ਇਹ ਸਿਰਫ ਪਿੰਡਾਂ 'ਚ ਦੇਖਣ ਨੂੰ ਮਿਲ ਰਹੇ ਆ ਤੇ ਸ਼ਹਿਰਾਂ 'ਚ ਬਿਲਕੁਲ ਨਹੀਂ ਸਾਨੂੰ ਦਿਖ ਰਹੇ। ਇਹ ਠੰਡੀ ਹਵਾ ਇਹ ਸਿਰਫ ਇਹਨਾਂ ਬੋਰਡ ਤੋਂ ਹੀ ਮਿਲਦੀ ਆ ਸਾਨੂੰ, ਆਪਾਂ ਨੂੰ ਲਾਉਣੇ ਚਾਹੀਦੇ ਅੱਜ ਦੇ ਇਸ ਵਾਤਾਵਰਨ 'ਚ। ਬਿਲਕੁਲ ਬੋਰਡ ਵੀ ਲਾਉਣੇ ਚਾਹੀਦੇ ਆ, ਕਿਉਂਕਿ ਇਹਦੇ ਨਾਲ ਇੱਕ ਸੱਭਿਆਚਾਰ ਵੀ ਸਾਡਾ ਜੁੜਿਆ ਹੋਇਆ ਤੇ ਵਾਤਾਵਰਨ ਨੂੰ ਵੀ ਫਾਇਦਾ। ਹਾਂਜੀ, ਵਾਤਾਵਰਨ ਨੂੰ ਵੀ ਬਹੁਤ ਅੱਛਾ, ਜਿਵੇਂ ਆਪਾਂ ਨੂੰ ਪਤਾ ਪੋਲਿਊਸ਼ਨ ਵੱਧ ਰਿਹਾ, ਹੁਣ ਦੇਖੋ ਕਿੰਨਾ ਮੀਂਹ ਹੈ, ਵਧੀਆ ਲੱਗ ਰਿਹਾ, ਠੰਡੀ ਛਾਂ ਠੰਡੀ ਹਵਾ ਮਿਲ ਰਹੀ ਹੈ ਬੋਰਡ ਤੋਂ। ਤਾਂ ਤੁਸੀਂ ਵੀ ਇੱਥੇ ਪਹੁੰਚੇ ਹੋ, ਕਿਵੇਂ ਲੱਗਿਆ? ਕਿਉਂਕਿ ਪਿੰਡ ਦੀਆਂ ਤੀਆਂ ਨੇ ਇਹ ਵਾਰ ਵਾਰ ਦੇਖਣ ਨੂੰ ਨਹੀਂ ਮਿਲਦੀਆਂ, ਸਾਲ ਬਾਅਦ ਫਿਰ ਆਉਣਗੀਆਂ। ਦੇਖੋ ਵੀਰੇ, 10 ਦਿਨ ਹੋ ਗਏ ਪਿੱਛੇ ਤੋਂ ਤਿਆਰੀਆਂ ਚੱਲ ਰਹੀਆਂ, ਮੈਂ ਤਾਂ ਸਿਰਫ ਇਹੀ ਹੱਥ ਜੋੜ ਕੇ ਕਹਿੰਦੀ ਹਾਂ ਵੀ ਇਹ ਪਿੰਡ ਦੇ ਵਿੱਚ ਧੜੇਬਾਜ਼ੀ ਨਾ ਬਣੇ, ਬਸ ਆਹੀ ਤੀਆਂ ਲੱਗਦੀਆਂ ਰਹਿਣ, ਆਹੀ ਖੁਸ਼ੀਆਂ ਸਾਰੇ ਬਣਦੇ ਰਹਿਣ। ਮੈਂ ਇਸ ਪਿੰਡ ਦੀ ਕੁੜੀ ਹਾਂ ਵੀਰੇ, 10 ਦਿਨਾਂ ਤੋਂ ਉੱਥੇ ਇਹੀ ਤੀਆਂ ਨਾਲ ਜੁੜੀ। ਤੁਸੀਂ ਸ਼ਹਿਰ ਤੋਂ ਆਏ ਹੋ, ਸ਼ਹਿਰ ਦੇ ਵਿੱਚ ਐਂਟਰਟੇਨਮੈਂਟ ਦੇ ਬਹੁਤ ਸਾਧਨ ਹੁੰਦੇ ਆ, ਸਿਨੇਮੇ ਵਗੈਰਾ ਵੀ, ਫਿਲਮਾਂ ਵੀ ਦੇਖ ਜਾਂਦੇ ਆ, ਉਹ ਚੀਜ਼ ਵਧੀਆ ਲੱਗਦੀ ਆ ਜਾਂ ਇੱਥੇ ਪਿੰਡ 'ਚ ਆ ਕੇ ਤੀਆਂ 'ਤੇ ਆ ਕੇ ਵਧੀਆ ਲੱਗਦਾ? ਦੇਖੋ ਉਹ ਚੀਜ਼ ਆਰਟ ਐਂਟਰਟੇਨਮੈਂਟ ਆ, ਪਰ ਜਿਹੜਾ ਇਹ ਐਂਟਰਟੇਨਮੈਂਟ ਆ, ਇੱਥੇ ਸਾਰਾ ਪਿੰਡ ਇਕੱਠਾ ਹੋ ਰਿਹਾ, ਸਾਰੇ ਪਿੰਡ ਦੀਆਂ ਕੁੜੀਆਂ ਇਕੱਠੀਆਂ ਹੋਈਆਂ ਨੇ, ਕੁੜੀਆਂ ਦੇ ਪੇਕੇ ਆਈਆਂ ਨੇ, ਬਜ਼ੁਰਗ ਬੱਚੇ ਸਾਰੇ ਆਨੰਦ ਕਰ ਰਹੇ ਨੇ, ਤੇ ਉਹ ਚੀਜ਼ ਜਸਟ ਆਪਾਂ ਲਿਮਿਟਡ ਬੰਦੇ ਹੁੰਦੇ ਆ, ਇੱਥੇ ਆਪਣਾ ਸਾਰਾ ਪਿੰਡ ਇਕੱਠਾ ਹੋਇਆ, ਦੂਰ ਦੇ ਪਿੰਡ ਵੀ ਆਉਂਦੇ ਆ, ਤੇ ਜ਼ਿਆਦਾ ਚੰਗਾ ਵਧੀਆ ਲੱਗਦਾ। ਮੀਂਹ ਦੇ ਵਿੱਚ ਵੀ ਬੀਬੀਆਂ ਹਟ ਨਹੀਂ ਰਹੀਆਂ, ਇੰਨਾ ਕਿ ਜੋਸ਼ ਹੁੰਦਾ ਬੀਬੀਆਂ 'ਚ, ਇੰਨਾ ਦੇਖੋ ਜੋਸ਼ ਤੁਸੀਂ ਦੇਖ ਸਕਦੇ ਹੋ, ਕਿੰਨਾ ਗਿੱਧਾ, ਪੁਰਾਣੇ ਬਜ਼ੁਰਗ, ਪੁਰਾਣੀਆਂ ਬੋਲੀਆਂ, ਮਤਲਬ ਬਹੁਤ ਵਧੀਆ ਗੱਲ ਆ, ਪੁਰਾਣਾ ਸੱਭਿਆਚਾਰ ਅੱਜ ਕੱਲ ਦੇ ਬੱਚਿਆਂ ਨੂੰ ਦੇਖਣ ਨੂੰ ਮਿਲ ਰਿਹਾ। ਕਿਵੇਂ ਲੱਗਦਾ ਜੀ ਤੁਹਾਨੂੰ ਇੱਥੇ ਆ ਕੇ, ਜਿਵੇਂ ਮੀਂਹ ਵੀ ਆਇਆ ਭਾਵੇਂ ਫਿਰ ਵੀ ਉਤਸ਼ਾਹ ਨਹੀਂ ਘਟਿਆ ਬੀਬੀਆਂ ਦੇ ਵਿੱਚ, ਕਿੰਨਾ ਕੁ ਇੰਜੋਏ ਕਰਦੇ ਇਸ ਦਿਨ? ਬਹੁਤ ਇੰਜੋਏ ਕੀਤਾ ਵੀਰੇ, ਇੱਥੇ ਆ ਕੇ ਅਸੀਂ, ਜਿਵੇਂ ਇੰਨੀ ਜ਼ੋਰ ਦੀ ਮੀਂਹ ਆ ਗਿਆ ਸੀਗਾ, ਪਰ ਸਾਰੇ ਜਾਣੇ ਇੱਥੇ ਰੁਕੇ ਰਹੇ ਆ ਗਏ, ਤੇ ਹੁਣ ਦੂਰੀ ਉਹੀ ਚੀਜ਼ ਪਹਿਲਾਂ ਵਾਲੀ ਦੁਆਰ ਤੋਂ ਫਿਰ ਤੋਂ ਬੀਬੀਆਂ ਨੇ ਗਿੱਧਾ ਸ਼ੁਰੂ ਕੀਤਾ, ਬਿਲਕੁਲ ਵੀ ਕੋਈ ਏਦਾਂ ਨਹੀਂ ਕਿ ਕੋਈ ਚਲਿਆ ਗਿਆ ਹੋਵੇ, ਸਾਰਾ ਇੰਜੋਏ ਕੀਤਾ, ਪੂਰਾ ਵਧੀਆ ਲੱਗਿਆ ਸਾਰਿਆਂ ਨੂੰ। ਤਾਂ ਛੋਟੀਆਂ ਛੋਟੀਆਂ ਕੁੜੀਆਂ ਵੀ ਆਉਂਦੀਆਂ ਨੇ, ਤੁਹਾਨੂੰ ਕਿਵੇਂ ਲੱਗਦਾ ਇੱਥੇ ਆ ਕੇ ਤੀਆਂ? ਸਾਨੂੰ ਬਹੁਤ ਵਧੀਆ ਲੱਗਦਾ ਸੀ, ਪਹਿਲੀ ਵਾਰ ਮਤਲਬ ਐਵੇਂ ਦਾ ਦੇਖਿਆ ਸੀ, ਆਪਦੀ ਜ਼ਿੰਦਗੀ 'ਚ ਕਦੇ ਦੇਖਿਆ, ਪੁਰਾਣੇ ਸੱਭਿਆਚਾਰ ਵਗੈਰਾ ਤੇ ਇੱਥੇ ਆ ਕੇ ਸਿੱਖਣ ਨੂੰ ਮਿਲਦਾ ਕੁਛ? ਹਾਂਜੀ, ਬਹੁਤ ਕੁਛ ਮਿਲਦਾ, ਪੁਰਾਣਾ ਸਿੱਖਿਆ ਕੀ ਵੇਖਿਆ ਕਿ ਪੁਰਾਣਾ ਕਲਚਰ ਵਗੈਰਾ, ਜਿਵੇਂ ਇੱਕ ਡਾਂਸ ਵਗੈਰਾ ਕਰਦੇ ਨੇ ਆਪਦੇ ਇੱਕ ਅੰਦਾਜ਼ 'ਚ ਪੂਰੇ ਜੋਸ਼ ਨਾਲ। ਤਾਂ ਨਿੱਕੀਆਂ ਨਿੱਕੀਆਂ ਕੁੜੀਆਂ, ਤੁਹਾਡਾ ਕੀ ਨਾਮ ਆ? ਏਵਨਪ੍ਰੀਤ ਕੌਰ। ਕਿਹੜੀ ਕਲਾਸ 'ਚ ਪੜ੍ਹਦੇ ਹੋ? 5th ਲੀਲੀ। ਇੱਥੇ ਆਏ ਹੋ ਤੀਆਂ ਦੇ ਆਏ ਹੋ? ਹਾਂਜੀ। ਪਾਇਆ ਕਿੱਦਾਂ ਫਿਰ ਪਿੰਗਾ ਝੂਟੀਆਂ? ਹਾਂਜੀ। ਪਿੰਗ ਵੀ ਝੂਟੀਆ? ਹੂੰ। ਡਿੱਗੇ ਨਹੀਂ? ਨਹੀਂ। ਵਧੀਆ ਲੱਗਦਾ ਕਿ? ਹਾਂਜੀ। ਕਰਿਆ ਇੰਜੋਏ ਪੂਰਾ? ਕੀ ਕੁਛ ਸਿੱਖਣ ਨੂੰ ਨਵਾਂ, ਕੀ ਦੇਖਣ ਨੂੰ ਮਿਲਿਆ? ਜਿਵੇਂ ਕਿ ਬੀਬੀਆਂ ਗਿੱਧਾ ਪਾਉਂਦੀਆਂ ਨੇ ਤੇ ਚਰਖੇ ਨਾਲ ਫੋਟੋਆਂ ਖਿੱਚਦੀਆਂ ਨੇ, ਬਹੁਤ ਵਧੀਆ ਲੱਗਿਆ। ਚਰਖਾ ਕਰਦੀਆਂ ਵੀ ਰਹਿੰਦੀਆਂ ਪਹਿਲਾਂ ਬੀਬੀਆਂ ਉਹ? ਹੂੰ। ਤੇ ਤੁਹਾਨੂੰ ਵੀ ਬੋਲੀ ਆਉਂਦੀ ਆ ਕੋਈ? ਸੁਣਾ ਲਓਗੇ ਇੱਕ? ਸੁਣਾ ਦੋ ਬੋਲੀ, ਸੁਣਾ ਦੋ ਇੱਕ। ਚਲੋ ਵੀ ਨਰਮ ਸਿੰਘ ਉਹਨੇ ਬੋਲੀ ਸੁਣਾਓ।
ਸੱਸ ਮੇਰੀ ਦਾ ਏਡਾ ਜੂੜਾ, ਸੱਸ ਮੇਰੀ ਦਾ ਏਡਾ ਜੂੜਾ, ਵਿੱਚੋਂ ਨਿਕਲਿਆ ਪੱਤਾ ਪਾਣ ਦਾ, ਸੱਸ ਮੇਰੀ ਨੂੰ ਵਿਆਹ ਕੇ ਲੈ ਗਿਆ ਮੁੰਡਾ ਪਾਕਿਸਤਾਨ ਦਾ। ਤਾਂ ਛੋਟੀਆਂ ਛੋਟੀਆਂ ਕੁੜੀਆਂ ਵੀ ਆਈਆਂ ਹੋਈਆਂ ਨੇ, ਹੋਰ ਵੀ ਨੇ। ਤੁਹਾਡਾ ਕੀ ਨਾਮ ਹੈ? ਮਨਮੀਤ ਕੌਰ ਸੰਧੂ। ਮਨਮੀਤ ਕੌਰ ਸੰਧੂ, ਕਿਹੜੀ ਕਲਾਸ ਚ ਪੜ੍ਹਦੇ ਹੋ? ਮੈਂ 4th। ਇੱਥੇ ਤੀਆਂ ਤੇ ਆਏ ਸੀ? ਤੀਆਂ ਤੇ ਕਿਵੇਂ ਲੱਗਿਆ ਆ ਕੇ? ਵਧੀਆ। ਵਧੀਆ ਲੱਗਿਆ? ਕੀ ਕੁਛ ਵੇਖਿਆ ਨਵਾਂ ਇੱਥੇ? ਬਹੁਤ ਕੁਛ ਨਵਾਂ। ਬੋਲੀ ਆਉਂਦੀ ਆ? ਸੁਣਾਓ ਫਿਰ। ਆਇਆ ਰੱਖੜੀ ਦਾ ਵੇਲਾ, ਮੈਨੂੰ ਚਾ ਜਿਵੇਂ ਵੇਲਾ, ਚੂਰੀ ਦੇ ਛੰਨੇ ਨਾ ਖੀਰ ਕੁੜੀਆਂ, ਮੈਨੂੰ ਲੱਖਾਂ ਵਿੱਚੋਂ ਇੱਕ ਮੇਰਾ ਵੀਰ ਕੁੜੀਆਂ। ਬਹੁਤ ਸੋਹਣਾ, ਐਨਕਾਂ ਬਹੁਤ ਸੋਹਣੀ ਤੁਹਾਡੀ। ਥੈਂਕ ਯੂ। ਹੋਰ ਆਉਂਦੀ ਆ ਤੈਨੂੰ ਵੇਲੋ ਕੀ? ਸੁਣਾ ਦੋ ਇੱਕ ਹੋਰ। ਕੀ ਆਉਂਦੀ ਸੀ? ਇੱਥੇ ਆ ਕੇ ਕਿਵੇਂ ਲੱਗਿਆ? ਕਿੰਨਾ ਕੁ ਇੰਜੋਏ ਕੀਤਾ? ਬਹੁਤ ਇੰਜੋਏ। ਬਹੁਤ। ਕੀ ਕੁਛ ਨਵਾਂ ਦੇਖਿਆ, ਨਵਾਂ ਕੀ ਸਿੱਖਿਆ, ਨਵਾਂ ਕੀ ਵੇਖਿਆ? ਰੋਡ ਤੇ ਪੀਂਗਾ ਪੂੰਗਾ ਪਹਿਲਾਂ ਝੂੜਦੇ ਸੀ ਕਿ ਅੱਜ ਹੀ ਵੇਖੀਆਂ? ਨਹੀਂ, ਮੇਰੇ ਘਰ ਲੱਗੀ ਹੋਈ ਆ। ਘਰੇ ਪੀਂਗ ਪਾਈ ਹੋਈ ਆ? ਝੂੜਦੇ ਹੋ? ਦੇਖਦੇ ਤਾਂ ਨਹੀਂ। ਕੰਚ ਦੇ ਗਲਾਸ ਵਿੱਚ ਸੋਨੇ ਦੀਆਂ ਵਾਲੀਆਂ, ਕੰਚ ਦੇ ਗਲਾਸ ਵਿੱਚ ਸੋਨੇ ਦੀਆਂ ਵਾਲੀਆਂ, ਜਿਉਂਦੇ ਰਹਿਣ ਮਾਪੇ ਧੀਆਂ ਪੁੱਤਾਂ ਵਾਂਗੂ ਪਾਲੀਆਂ, ਜਿਉਂਦੇ ਰਹਿਣ ਮਾਪੇ ਧੀਆਂ ਪੁੱਤਾਂ ਵਾਂਗੂ ਪਾਲੀਆਂ। ਤਾਂ ਤੁਸੀਂ ਨਾਲ ਲੈ ਕੇ ਆਉਂਦੇ ਬੱਚਿਆਂ ਨੂੰ, ਕੀ ਕੁਛ ਬੱਚਿਆਂ ਨੂੰ ਸਿਖਾਉਣ ਦੀ ਕੋਸ਼ਿਸ਼ ਕਰਦੇ ਹੋ ਕਿ ਸਾਡਾ ਸੱਭਿਆਚਾਰ ਪੁਰਾਣਾ ਏਦਾਂ ਹੁੰਦਾ ਸੀ, ਏਦਾਂ ਤੀਆਂ ਲੱਗਦੀਆਂ ਹੁੰਦੀਆਂ ਸੀ, ਕੁਛ ਤਾਂ ਵੇਖੀਆਂ ਹੋਣਗੀਆਂ, ਤੇ ਬੋਰਡ ਵਗੈਰਾ ਤੇ ਜਿਵੇਂ ਪੀਂਘਾਂ ਵਗੈਰਾ ਪੈਂਦੀਆਂ ਹੁੰਦੀਆਂ ਸੀ, ਬੱਚਿਆਂ ਨੂੰ ਕੀ ਕੁਛ ਦੱਸਦੇ? ਬੱਚਿਆਂ ਨੂੰ ਪੁਰਾਣਾ ਸੱਭਿਆਚਾਰ ਸਾਰਾ ਦੇਖਣ ਨੂੰ ਦਿਖਾਇਆ ਗਾ ਵੀ ਪਹਿਲਾਂ ਜ਼ਮਾਨੇ ਦੇ ਵਿੱਚ ਕੋਈ ਜ਼ਰੀਆ ਨਹੀਂ ਸੀਗਾ ਨਾ, ਏਦਾਂ ਬੁੜੀਆਂ ਇਕੱਠੀਆਂ ਹੁੰਦੀਆਂ ਸੀ, ਹੁਣ ਇੰਟਰਨੈਟ ਦਾ ਜ਼ਮਾਨਾ ਆ ਗਿਆ, ਇਹ ਚੀਜ਼ਾਂ ਸਾਰੀਆਂ ਲੋਪ ਹੋ ਗਈਆਂ ਦਿਨੋਂ ਦਿਨ, ਪਰ ਇਹ ਬੱਚਿਆਂ ਨੇ ਬਹੁਤ ਇੰਜੋਏ ਕੀਤਾ, ਇੱਥੇ ਸਾਰਾ ਕੁਛ ਦੇਖਿਆ, ਪੁਰਾਣਾ ਸੱਭਿਆਚਾਰ ਵੀ ਏਦਾਂ ਏਦਾਂ ਹੁੰਦਾ ਸੀ, ਇਹਨਾਂ ਨੂੰ ਬੱਚਿਆਂ ਨੂੰ ਨਿੱਕਿਆਂ ਨੂੰ ਬਹੁਤ ਚੀਜ਼ਾਂ ਸਿੱਖਣ ਨੂੰ ਮਿਲੀਆਂ। ਤਾਂ ਤੁਸੀਂ ਕੀ ਕਹੋਗੇ ਜੀ ਤੀਆਂ ਦੇ ਤਿਉਹਾਰ ਤੁਸੀਂ ਮਨਾਇਆ, ਸਾਰੀਆਂ ਬੀਬੀਆਂ ਇਕੱਠੀਆਂ ਹੋਈਆਂ, ਬੱਚੇ ਵੀ ਆਏ, ਬੜਾ ਇੰਜੋਏ ਕੀਤਾ ਸਾਰਿਆਂ ਨੇ, ਕੀ ਕਹੋ? ਬਹੁਤ ਵਧੀਆ ਲੱਗਿਆ ਜੀ, ਵਿਸ਼ੇਸ਼ ਧੰਨਵਾਦ ਸਾਡੀ ਮੈਡਮ ਪਰਮਜੀਤ ਕੌਰ ਜੋ ਸਰਪੰਚ ਆ, ਉਹਨਾਂ ਦੇ ਸਹਿਯੋਗ ਨਾਲ ਅਸੀਂ ਇੱਥੇ ਇਕੱਠੇ ਹੋਏ ਹਾਂ, ਉਹਨਾਂ ਦਾ ਖਾਸ ਤੌਰ ਤੇ ਬਹੁਤ ਬਹੁਤ ਧੰਨਵਾਦ ਕਰਦੇ ਹਾਂ, ਉਹਨਾਂ ਦੀ ਬਦੌਲਤ ਅਸੀਂ ਅੱਜ ਇੱਥੇ ਹਾਂ। ਤਾਂ ਇਹ ਤੀਆਂ ਦਾ ਤਿਉਹਾਰ ਪਿੰਡ ਮੱਝੂਕੇ ਵਿੱਚ ਮਨਾਇਆ ਜਾ ਰਿਹਾ, ਤਾਂ ਤੁਸੀਂ ਦੇਖ ਸਕਦੇ ਹੋ ਕਿ ਰੌਣਕਾਂ ਲੱਗੀਆਂ ਹੋਈਆਂ ਨੇ, ਭਾਵੇਂ ਕਿ ਮੀਂਹ ਪਿਆ ਪਰ ਫਿਰ ਵੀ ਜਿਹੜੀਆਂ ਬੀਬੀਆਂ ਨੇ ਉਹ ਹਟੀਆਂ ਨਹੀਂ, ਕਿਉਂਕਿ ਬੜੇ ਲੰਬੇ ਸਮੇਂ ਤੋਂ ਇੰਤਜ਼ਾਰ ਹੁੰਦਾ, ਇੱਕ ਬਹੁਤੀਆਂ ਬੀਬੀਆਂ ਨੂੰ ਇਹ ਨਹੀਂ ਪਤਾ ਹੋਣਾ ਕਿ ਕੀ ਤੀਆਂ ਦਾ ਇਤਿਹਾਸ ਆ, ਕਿਉਂ ਮਨਾਈਆਂ ਜਾਂਦੀਆਂ, ਪਰ ਫਿਰ ਵੀ ਜਿਹੜੀਆਂ ਬੀਬੀਆਂ ਨੂੰ ਇੱਕ ਵੱਡੀ ਗੱਲ ਇਹ ਹੁੰਦੀ ਹੈ ਕਿ ਸਾਰੀਆਂ ਇਸ ਦਿਨ ਇਕੱਠੀਆਂ ਹੋ ਜਾਂਦੀਆਂ, ਕਿਉਂਕਿ ਇੱਕ ਪਲੇਟਫਾਰਮ ਮਿਲ ਜਾਂਦਾ, ਨਹੀਂ ਤਾਂ ਬੀਬੀਆਂ ਘਰਾਂ ਦੇ ਵਿੱਚ ਰਹਿੰਦੀਆਂ ਨੇ ਜ਼ਿਆਦਾਤਰ, ਪਰ ਇਸ ਦਿਨ ਸਾਰੀਆਂ ਬੀਬੀਆਂ ਇਕੱਠੀਆਂ ਹੋ ਜਾਂਦੀਆਂ। ਇੱਧਰ ਪੀਂਘਾਂ ਜਿਹੜੀਆਂ ਪਾਈਆਂ ਹੋਈਆਂ ਨੇ ਤੁਸੀਂ ਦੇਖ ਸਕਦੇ ਹੋ, ਇੱਧਰ ਪੀਂਘਾਂ ਵੀ ਪਾਈਆਂ ਹੋਈਆਂ, ਤੇ ਬੀਬੀਆਂ ਜਿੱਥੇ ਵੀ ਜਗ੍ਹਾ ਮਿਲਦੀ ਆ ਉੱਥੇ ਹੀ ਆਪਣਾ ਗਿੱਧਾ ਜਿਹੜਾ ਸ਼ੁਰੂ ਕਰ ਦਿੰਦੀਆਂ ਨੇ, ਤਾਂ ਗਿੱਧਾ ਪਾਇਆ ਜਾ ਰਿਹਾ ਹੈਗਾ ਬੀਬੀਆਂ ਵੱਲੋਂ, ਤਾਂ ਦੇਖ ਸਕਦੇ ਹੋ ਤਸਵੀਰਾਂ। ਤੀਆਂ ਦਾ ਤਿਉਹਾਰ ਮਨਾਇਆ ਜਾ ਰਿਹਾ, ਤੀਆਂ ਤੀਜ ਦੀਆਂ, ਜਿਵੇਂ ਇੱਕ ਕਹਾਵਤ ਬਣੀ ਆ ਕਿ ਸੌਣ ਵੀਰ ਇਕੱਠੀਆਂ ਕਰੇ ਭਾਦੋ ਚੰਦਰੀ ਵਿਛੋੜਾ ਪਾਵੇ, ਕਿਉਂਕਿ ਹੁਣ ਭਾਦੋ ਦਾ ਮਹੀਨਾ ਚੜ੍ਹ ਗਿਆ ਤੇ ਹੁਣ ਤੀਆਂ ਨੇ ਵਿਛੜ ਜਾਣਾ, ਤੀਆਂ ਦੀ ਸਮਾਪਤੀ ਹੋ ਜਾਣੀ ਆ, ਤਾਂ ਸੌਣ ਦੇ ਵਿੱਚ ਜਿਹੜੀਆਂ ਬੀਬੀਆਂ ਇਕੱਠੀਆਂ ਹੁੰਦੀਆਂ ਨੇ ਉਹ ਭਾਦੋ ਦੇ ਮਹੀਨੇ ਦੇ ਵਿੱਚ ਅਲੱਗ ਅਲੱਗ ਹੋ ਜਾਂਦੀਆਂ ਨੇ, ਕਿਉਂਕਿ ਭਾਦੋ ਦੇ ਵਿੱਚ ਤੀਆਂ ਦੀ ਸਮਾਪਤੀ ਹੋ ਜਾਂਦੀ ਆ, ਤਾਂ ਉਸ ਤੋਂ ਬਾਅਦ ਸਾਲ ਬਾਅਦ ਫਿਰ ਇਕੱਠੀਆਂ ਹੋਣਾ ਹੁੰਦਾ। ਇੱਧਰ ਪੀਂਘਾਂ ਵੀ ਬੋੜਾਂ ਤੇ, ਜਿਵੇਂ ਬੋੜ ਤੇ ਪੀਂਘਾਂ ਪਹਿਲਾਂ ਪੁਰਾਣੇ ਸਮੇਂ ਦੀ ਪਾਈਆਂ ਜਾਂਦੀਆਂ ਸੀ, ਇੱਥੇ ਬੋੜ ਵੀ ਆ ਇਸ ਪਿੰਡ ਦੇ ਵਿੱਚ, ਤਾਂ ਬੋੜ ਤੇ ਪੀਂਘਾਂ ਜਿਹੜੀਆਂ ਪਾਈਆਂ ਹੋਈਆਂ ਨੇ, ਤੇ ਇੱਥੇ ਜਿਹੜੀਆਂ ਬੀਬੀਆਂ ਨੇ ਉਹ ਆਪਣਾ ਪੀਂਘਾਂ ਵਗੈਰਾ ਝੂੜਦੀਆਂ ਨੇ ਤੇ ਪੂਰਾ ਇੰਜੋਏ ਕਰਦੀਆਂ ਨੇ। ਤਾਂ ਇਹ ਤਸਵੀਰਾਂ ਦੇਖ ਸਕਦੇ ਹੋ ਤੁਸੀਂ, ਜਿੱਥੇ ਬੀਬੀਆਂ ਪੀਂਘਾਂ ਤੇ ਝੂਟ ਰਹੀਆਂ ਨੇ, ਤਾਂ ਇਹ ਤੀਆਂ ਨੇ ਪਿੰਡ ਮੱਝੂਕੇ ਦੀਆਂ, ਜ਼ਿਲ੍ਹਾ ਬਰਨਾਲੇ ਦਾ ਪਿੰਡ ਆ, ਜਿੱਥੇ ਪੰਜਾਬ ਭਰ ਦੇ ਵਿੱਚ ਹਰ ਇੱਕ ਪਿੰਡ ਦੇ ਵਿੱਚ ਲਗਭਗ ਤੀਆਂ ਮਨਾਈਆਂ ਜਾਂਦੀਆਂ ਨੇ। ਬਹੁਤ ਪੁਰਾਣੇ ਸਮੇਂ ਦੇ ਵਿੱਚ ਇਸੇ ਤਰ੍ਹਾਂ ਹੀ
ਜਿਹੜੀਆਂ ਬੀਬੀਆਂ ਨੇ ਉਹ ਇਕੱਠੀਆਂ ਹੁੰਦੀਆਂ ਸੀ, ਪਰ ਹੁਣ ਜਦੋਂ ਇੰਟਰਨੈਟ ਦਾ ਸਮਾਂ ਆਇਆ ਤਾਂ ਮਨੋਰੰਜਨ ਦੇ ਸਾਧਨ ਵਧੇ, ਤਾਂ ਉਸ ਤੋਂ ਬਾਅਦ ਥੋੜ੍ਹਾ ਜਿਹਾ ਤੀਆਂ ਵਾਲਾ ਕੰਮ ਜਿਹੜਾ ਘਟਿਆ ਸੀ, ਪਰ ਹੁਣ ਫਿਰ ਕਈ ਪਿੰਡਾਂ ਦੇ ਵਿੱਚ ਤੀਆਂ ਜਿਹੜੀਆਂ ਉਹ ਮਨਾਈਆਂ ਜਾਂਦੀਆਂ ਨੇ। ਇਸ ਤਰ੍ਹਾਂ ਮਜੂਕੇ ਪਿੰਡ ਦੇ ਤੀਆਂ ਦੇ ਵਿੱਚ ਅਸੀਂ ਪਹੁੰਚੇ ਸੀ, ਜਿੱਥੇ ਬੀਬੀਆਂ ਨੇ ਖੂਬ ਭੰਗੜਾ ਪਾਇਆ, ਖੂਬ ਗਿੱਧਾ ਪਾਇਆ ਅਤੇ ਖੂਬ ਇੰਜੋਏ ਕੀਤਾ। ਕੈਮਰਾਮੈਨ ਆਪਣੇ ਨਾਲ ਗਵਿੰਦਰ ਸਿੰਘ ਜੰਗੀਆਣਾ, ਤੁਸੀਂ ਉੱਧਰੋਂ ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ ਤੁਹਾਡੇ।